नमस्कार, प्रोग्राम हैलो डॉक्टर विच दर्शकों का बहुत बहुत स्वागत। मैं डॉक्टर नरेश पटला। प्यारे दर्शकों, सोहनी तो मिठी जी मुस्कान हर किसी का मन मोह लैंदी है। मुस्कान चाहे थोड़े लम्हे लिए क्यों ना होवे, लेकिन कई बार उसका असर तमाम उम्र तक रहिंदा है। यह मुस्कुराहट नूं चार चंद ला दिंदे हन सोने ते मोतियां वर्गे दंद। दंदां दी गल कीती जावे, जिथे दंद इंसान दी शख्सियत नूं उभारदे हन, उहदी दिख नूं खूबसूरत बनांदे हन, उत्थे एक तंदुरुस्त इंसान की भी निशानी है। अज असीं दंदां दी समस्यावां बारे विस्तार नाल गलबात करांगे। तो जिहड़े माहिर साडे दरम्यान अज मौजूद हन, मैं उहनां दा तुहाडा तारुफ कराना। डॉक्टर हरमिंदर सिंह जी हन। डॉक्टर हरमिंदर सिंह एक सीनियर डेंटिस्ट हन ते इम्प्लांटोलॉजिस्ट हन, मतलब दंदां दे इम्प्लांट विच महारता रखते हन। प्यारे दर्शको, तुसी इस प्रोग्राम की अहम कड़ी हो, तुसी साडे नाल एक टैलीफोन की दूरी ते ही जुड़े हुए हो। तुसी साडे नाल कोई भी दंदां दी समस्या बारे कोई सवाल पूछना चाहते हो तो तुसी साडे टैलीफोन नंबर नोट करो 0181-282-4164 जब तक तुसी साडे नाल जुड़दे हो, मैं डॉक्टर नाल गलबात शुरू करदा। डॉक्टर हरमिंदर सिंह, पहला तो साडे प्रोग्राम विच तुहाडा बहुत बहुत स्वागत। थैंक यू। डॉक्टर साहब, क्या चाहता कि जेडे दंद होंगे, हाँ जी, ये एक मिरर की तरह काम करते हैं किसी भी इंसान की। बिल्कुल। तो ये जाहिर करते हैं कि आदमी कितना तंदुरुस्त है। बिल्कुल, बहुत सही कहा। मैं चाहूँगा कि आप इतों ही शुरुआत करिए। बिल्कुल। कि दंदा दी कैडियां ऐसियां तकलीफां जिहड़ियां जाहिर करदे हन कि इंसान वाकई बीमार है। बिल्कुल। आपां ओरल हाइजीन अगर किसी पेशेंट का चैक करते हैं जदों भी जी, मतलब दंदा दी संभाल बारे चैक करिए, हां जी, ते उहनां दे मसूड़ियां नूं देख के आपां बहुत सारी डिजीज़ का पता लग सकता है। अगर उन्होंने मसूड़े हाँ जी विच कोई प्रॉब्लम आ, अगर वो रेडिश आ, अगर वो इनफ्लामड आ, अगर वो ब्लीडिंग हो रही है, अगर वाइट पैचेस आ, ये साढ़े को बहुत सारे डायग्नोसिस हो जाते हैं कि आप पता लगा सकते हैं कि इनू कुछ शारीरिक गंभीर बीमारी भी हो सकती है जी। तो ओरल हाइजीन जिन्हों कहते ना गेटवे ऑफ योर हैल्थ, तो इनू आप देख के ये पता लगा सकते हैं कि पेशेंट का हैल्थ किदा दी है, ਇਹਦਾ ਖਾਣ ਪਾਣ ਕਿੱਦਾਂ ਦਾ, ਇਹਦੀ ਹੈਬਿਟ ਕਿੱਦਾਂ ਦੀ ਆ, ਇਹ ਕੀ ਆਪਣੀ ਡਾਇਟ ਕਿੱਦਾਂ ਦਾ ਲੈਂਦਾ ਹੈ, ਅਤੇ ਆਪਣੀ ਓਰਲ ਹਾਈਜੀਨ ਕਿੱਦਾਂ ਮੇਨਟੇਨ ਕਰਦਾ, ਅਤੇ ਇਹਨੂੰ ਕਿਹੜੀਆਂ ਸੀਵੀਅਰ ਬਿਮਾਰੀਆਂ ਹੋ ਸਕਦੀਆਂ ਫਿਊਚਰ 'ਚ। ਅਤੇ ਇਸ ਕਰਕੇ ਆਪਾਂ ਓਰਲ ਹਾਈਜੀਨ ਨੂੰ ਚੈੱਕ ਕਰਕੇ ਬਹੁਤ ਸਾਰਾ ਉਹਨਾਂ ਨੂੰ ਪ੍ਰੀਵੈਂਟਿਵ ਟ੍ਰੀਟਮੈਂਟ ਵੀ ਦੇ ਸਕਦੇ ਹਾਂ। ਹਾਂਜੀ। ਡਾਕਟਰ ਸਾਹਿਬ, ਬੜੀ ਵਾਰੀ ਦੇਖਣ ਵਿੱਚ ਆਉਂਦਾ ਕਿ ਜਿਹੜੇ ਕੋਈ ਵੀ ਤਕਲੀਫ ਹੈ ਆਪਾਂ ਅਕਸਰ ਇਗਨੋਰ ਕਰਦੇ ਰਹਿੰਦੇ ਹਾਂ, ਅਤੇ ਖਾਸ ਕਰਕੇ ਦੰਦਾਂ ਦੀ ਤਕਲੀਫ ਹੈ। ਬਿਲਕੁਲ। ਆਦਮੀ ਜਿਹੜਾ ਪੇਸ਼ੈਂਟ ਹੈ ਉਹ ਡਾਕਟਰ ਕੋਲ ਉਦੋਂ ਹੀ ਜਾਂਦਾ ਹੈ ਜਦੋਂ ਉਹਦੀ ਤਕਲੀਫ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਅਤੇ ਦੰਦਾਂ ਦੀ ਖਾਸ ਕਰਕੇ ਗੱਲ ਕੀਤੀ ਜਾਵੇ, ਕਈ ਵਾਰ ਸਾਨੂੰ ਲੋਕ ਮਿਲਦੇ ਆ ਕਿ ਉਹਨਾਂ ਨੂੰ ਪਤਾ ਹੁੰਦਾ ਕਿ ਮੇਰੇ ਮੂੰਹ 'ਚੋਂ ਸਮੈਲ ਆ ਰਹੀ ਹੈ, ਉਹ ਆਪ ਖੁਦ ਵੀ ਕਈ ਵਾਰੀ ਹੱਥ ਰੱਖ ਕੇ ਗੱਲ ਕਰਦੇ, ਬੜੀ ਕੌਨਸ਼ੀਅਸ ਗੱਲ ਕਰਦੇ ਆ। ਬਿਲਕੁਲ। ਉਹ ਇੱਦਾਂ ਦੇ ਜਿਹੜੇ ਲੋਕ ਆ ਜਿਹੜੇ ਤੁਹਾਡੇ ਕੋਲ ਆਉਣ, ਉਹਨੂੰ ਕਿਸ ਤਰ੍ਹਾਂ ਤੁਸੀਂ ਗਾਈਡ ਕਰਦੇ ਕਿ ਤੁਸੀਂ ਇੱਦਾਂ ਆਪਣੀ ਡੈਂਟਲ ਹਾਈਜੀਨ ਕਈ ਵਾਰੀ ਜਿੱਦਾਂ ਤੁਸੀਂ ਕਿਸ ਤਰ੍ਹਾਂ ਮੇਨਟੇਨ ਕਰਨੀ? ਹਾਂ, ਤੁਸੀਂ ਬਦਬੂ ਦੀ ਗੱਲ ਕੀਤੀ। ਬਦਬੂ ਵਿੱਚ ਇੱਦਾਂ ਆ ਕਿ ਉਹਦੇ ਕਈ ਕਾਰਨ ਹੈ, ਜਿੱਦਾਂ ਮਲਟੀਪਲ ਕੈਵਿਟੀਜ਼ ਆ, ਉਹਦੇ 'ਚ ਖਾਣਾ ਫਸਿਆ ਰਹਿੰਦਾ, ਉਹ ਸਫਾਈ ਨਹੀਂ ਹੁੰਦੀ, ਉਹਦੇ ਕਰਕੇ ਖੋੜ ਜਿਹੜੀ ਹੁੰਦੀ ਹੈ ਉਹਦੇ ਵਿੱਚ ਖਾਣਾ ਫਸਿਆ ਰਹਿੰਦਾ, ਔਰ ਪੇਸ਼ੈਂਟ ਉਹਨੂੰ ਪ੍ਰੋਪਰਲੀ ਕਲੀਨ ਨਹੀਂ ਕਰ ਸਕਦਾ, ਕਿਉਂਕਿ ਉਹ ਇੰਨੀ ਅੰਡਰਕਟਸ ਵਿੱਚ ਫਸਿਆ ਹੁੰਦਾ ਖਾਣਾ ਕਿ ਉਹਨੂੰ ਕਲੀਨ ਨਹੀਂ ਕੀਤਾ ਜਾ ਸਕਦਾ ਜੀ। ਅਤੇ ਉਹ ਫਿਰ ਅੰਦਰ ਖਾਣਾ ਸੜਦਾ, ਉਹਦੇ ਨਾਲ ਵੀ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ। ਫਿਰ ਇਹ ਹੁੰਦਾ ਕਿ ਉਹਦੀ ਓਰਲ ਹਾਈਜੀਨ, ਜਿੱਦਾਂ ਗਮਸ ਡਿਜ਼ੀਜ਼ ਆ, ਅਗਰ ਜਿਹਨੂੰ ਕਹਿੰਦੇ ਪਾਇਰੀਆ ਕਹਿੰਦੇ ਆ, ਜਿੰਜਿਵਾਈਟਿਸ ਆ, ਪੈਰੀਡੋਨਟਾਈਟਿਸ ਆ, ਪਰ ਹੋ ਕਿਉਂ ਜਾਂਦਾ ਡੋਸਮ ਜਿਹੜੇ ਗਮਸ ਹੈ? ਹਾਂਜੀ, ਜਿੱਦਾਂ ਪਾਇਰੀਆ ਤੁਸੀਂ ਕਹਿੰਦੇ ਪਸ ਹੋ ਗਈ ਗਮਸ ਦੇ ਵਿੱਚ, ਹਾਂ ਹਾਂ, ਉਹ ਹੋ ਕੇ ਜਾਂਦੀ ਜਿਹੜੇ ਮਸੂੜੇ ਸੁੱਜ ਗਏ ਜਾਂ ਉਹਨਾਂ ਵਿੱਚ ਪਸ ਪਏ। ਇੱਦਾਂ ਕਿ ਇੱਕ ਆਪਾਂ ਇਮਿਊਨ ਸਿਸਟਮ ਵੀ ਕਹਿੰਦੇ ਹਾਂ, ਕਈ ਵਾਰ ਆਪਾਂ ਬਹੁਤ ਇਹੋ ਜਿਹੇ ਬੰਦੇ ਵੀ ਦੇਖੇ ਆ ਜਿਨ੍ਹਾਂ ਦਾ ਓਰਲ ਹਾਈਜੀਨ ਬਹੁਤ ਵਧੀਆ ਹੈ, ਲੇਕਿਨ ਉਹ ਪ੍ਰੋਪਰ ਕੇਅਰ ਨਹੀਂ ਕਰਦੇ ਜੀ, ਕਿਉਂਕਿ ਉਹਨਾਂ ਦਾ ਇਮਿਊਨ ਸਿਸਟਮ ਬਹੁਤ ਚੰਗਾ। ਕਈਆਂ ਦੀ ਇਮਿਊਨ ਸਿਸਟਮ ਕਹਿ ਲਓ ਜਾਂ ਕੁਛ ਇਹੋ ਜਿਹੀਆਂ ਦਵਾਈਆਂ ਚੱਲ ਰਹੀਆਂ ਹੁੰਦੀਆਂ ਜਿਨ੍ਹਾਂ ਦਾ ਸਾਈਡ ਇਫੈਕਟ ਮਸੂੜਿਆਂ ਉੱਤੇ ਆਉਂਦਾ। ਹਾਂਜੀ। ਖਾਸ ਕਰਕੇ ਕੁਛ ਇੱਦਾਂ ਦੀ ਡਰੱਗਸ ਹੈਗੀਆਂ ਜਿਹਦੇ ਲੈਣ ਦੇ ਕਰਕੇ ਮਸੂੜਿਆਂ 'ਚ ਪ੍ਰੋਬਲਮ ਆ ਸਕਦੀ ਹੈ, ਸਵੈਲਿੰਗ ਹੋ ਸਕਦੀ, ਜਾਂ ਖਾਸ ਕਰਕੇ ਪ੍ਰੈਗਨੈਂਟ ਲੇਡੀਜ਼ ਜਿਹੜੀਆਂ ਹੁੰਦੀਆਂ ਉਹਨਾਂ ਵਿੱਚ ਮਸੂੜਿਆਂ ਵਿੱਚ ਜਿਹੜਾ ਬਲੱਡ ਸਰਕੂਲੇਸ਼ਨ ਬਹੁਤ ਵੱਧ ਜਾਂਦਾ ਉਸ ਟਾਈਮ 'ਚ, ਅਤੇ ਉਹਦੇ ਕਰਕੇ ਕਾਫੀ ਸਵੈਲਿੰਗ ਐਂਡ ਉਹਦੇ ਉਸ ਕੰਡੀਸ਼ਨ 'ਚ ਸੰਭਾਲ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ। ਅਗਰ ਤੁਸੀਂ ਉਸ ਕੰਡੀਸ਼ਨ ਨੂੰ ਸੰਭਾਲਿਆ ਨਾ ਜਾਵੇ ਤਾਂ ਉਹ ਫਿਰ ਡਿਟੀਰੇਟ ਹੁੰਦਾ ਹੈ, ਕਿਉਂਕਿ ਮਸੂੜਿਆਂ ਤੋਂ ਸ਼ੁਰੂ ਹੁੰਦਾ ਉਹ ਸਾਈਨ ਦੇਣਾ ਸ਼ੁਰੂ ਹੋ ਜਾਂਦੇ ਆ ਕਿ ਮੈਂ ਸਵੈਲਿੰਗ ਹੋ ਰਹੀ ਆ, ਬਲੀਡਿੰਗ ਹੋ ਰਹੀ ਆ, ਇੱਕ ਫਸਟ ਸਾਈਨ ਹੈ। ਉਹਨੂੰ ਅਗਰ ਇਗਨੋਰ ਕੀਤਾ ਗਿਆ ਤਾਂ ਉਹੀ ਡਿਟੀਰੇਟ ਹੁੰਦੇ ਹੋਏ ਉਹ ਹੱਡੀ ਤੱਕ ਪਹੁੰਚ ਜਾਂਦੀ ਹੈ ਇਨਫੈਕਸ਼ਨ, ਜਿਹੜਾ ਕਿ ਅਗਰ ਹੱਡੀ ਤੱਕ ਪਹੁੰਚ ਗਿਆ ਤਾਂ ਫਿਰ ਉਹਨਾਂ ਦਾ ਜਿਹੜੀ ਗ੍ਰਿਪ ਹੈਗੀ ਦੰਦਾਂ ਦੀ ਉਹ ਹੱਡੀ 'ਚ ਆ ਨਾ, ਉਹ ਲੂਜ਼ ਹੋਣੀ ਸ਼ੁਰੂ ਹੋ ਜਾਂਦੀ ਆ, ਉਹ ਵਰਸਟ ਕੰਡੀਸ਼ਨ ਆ। ਉਸ ਵਿੱਚ ਦੰਦਾਂ ਦੀ ਫਿਰ ਮੋਬਿਲਿਟੀ ਸ਼ੁਰੂ ਹੋ ਜਾਂਦੀ ਹੈ, ਦੰਦਾਂ ਹਿੱਲਣੇ ਸ਼ੁਰੂ ਹੋ ਜਾਂਦੇ ਆ, ਅਤੇ ਇਹਨੂੰ ਬਚਾਉਣ ਲਈ
ਬਹੁਤ ਜ਼ਰੂਰੀ ਆ ਕਿ ਤੁਸੀਂ ਫਸਟ ਸਟੇਜ ਜਦੋਂ ਮਸੂੜਿਆਂ ਵਿੱਚੋਂ ਖੂਨ ਆਉਣਾ ਸ਼ੁਰੂ ਹੋਇਆ ਉਦੋਂ ਹੀ ਡੈਂਟਿਸਟ ਕੋਲ ਜਾਓ, ਉਦੋਂ ਹੀ ਚਲੇ ਜਾਓ। ਸੰਭਾਲ ਦੇ ਨਾਲ ਨਾਲ ਤੁਸੀਂ ਆਪਣੇ ਆਪ 'ਤੇ ਡਿਪੈਂਡੈਂਟ ਨਾ ਹੋ, ਬਿਲਕੁਲ ਡਾਕਟਰ ਨੂੰ ਕੰਟੈਕਟ ਕਰੋ। ਬਿਲਕੁਲ ਡਾਕਟਰ ਸਾਹਿਬ, ਦੰਦਾਂ ਦੀ ਸਫਾਈ ਦਾ ਕਿੰਨਾ ਕੁ ਰੋਲ ਹੈ? ਜਿੱਦਾਂ ਬ੍ਰਸ਼ ਦੀ ਆਦਤ ਹੈ ਕਈਆਂ, ਬਿਲਕੁਲ ਹੁਣ ਕਹਿਣ ਨੂੰ ਕਹਿੰਦੇ ਆ ਕਿ ਹਰ ਖਾਣੇ ਤੋਂ ਬਾਅਦ ਤੁਸੀਂ ਬ੍ਰਸ਼ ਕਰੋ, ਕਿਸ ਤਰ੍ਹਾਂ ਹੈ ਬ੍ਰਸ਼ ਕਰਨ ਦੀ ਟੈਕਨੀਕ ਵੀ ਮੈਟਰ ਕਰਦੀ ਹੈ? ਬਿਲਕੁਲ, ਜਰਾ ਇਹ ਨਹੀਂ ਹੈ ਕਿ ਤੁਸੀਂ ਸਾਰਾ ਦਿਨ ਬ੍ਰਸ਼ ਹੀ ਕਰਦੇ ਰਹਿਣਾ। ਹਾਂਜੀ, ਇਹਦੇ ਵਿੱਚ ਦੋ ਤਿੰਨ ਚੀਜ਼ਾਂ ਬਹੁਤ ਖਾਸ ਰੱਖਣ ਦੀ, ਕਿਉਂਕਿ ਮੇਰੇ ਬਹੁਤ ਸਾਰੇ ਪੇਸ਼ੈਂਟ ਕਹਿੰਦੇ ਆਪਾਂ ਜੀ ਕੁਛ ਵੀ ਖਾਂਦੇ ਬ੍ਰਸ਼ ਹੀ ਕਰਦੇ ਰਹਿੰਦੇ ਹਾਂ, ਇੰਨਾ ਜ਼ਿਆਦਾ ਤੁਸੀਂ ਬ੍ਰਸ਼ ਕਰੋਗੇ ਤਾਂ ਆਪਣੇ ਦੰਦ ਘਸਾ ਲਓਗੇ ਜੀ। ਬ੍ਰਸ਼ ਦੀ ਕੁਆਲਿਟੀ ਬਹੁਤ ਇੰਪੋਰਟੈਂਟ ਆ ਜੀ, ਤੁਸੀਂ ਕਿਹੜਾ ਬ੍ਰਸ਼ ਯੂਜ਼ ਕਰ ਰਹੇ ਹੋ, ਉਹਦੇ ਬਾਅਦ ਤੁਹਾਡਾ ਇਹ ਆ ਕਿ ਤੁਸੀਂ ਕਿਸ ਤਰੀਕੇ ਨਾਲ ਬ੍ਰਸ਼ ਕਰ ਰਹੇ ਹੋ, ਨਾਲ ਕਿੰਨੀ ਦੇਰ ਯੂਜ਼ ਕਰ ਰਹੇ ਹੋ, ਕਿੰਨੀ ਦੇਰ ਯੂਜ਼ ਕਰ ਰਹੇ ਹੋ, ਉਹਦੀ ਕਰਨ ਦਾ ਤਰੀਕਾ ਕਿੱਦਾਂ ਦਾ ਹੈ। ਹਾਂਜੀ, ਇਹ ਇੱਕ ਤੁਹਾਨੂੰ ਕੋਈ ਵੀ ਡੈਂਟਿਸਟ ਪ੍ਰੋਪਰ ਸਿਖਾ ਸਕਦਾ ਹੈ, ਤੁਸੀਂ ਆਪਣੇ ਡੈਂਟਿਸਟ ਤੋਂ ਸਿੱਖ ਸਕਦੇ ਹੋ ਕਿੱਦਾਂ ਤੁਸੀਂ ਬ੍ਰਸ਼ ਪ੍ਰੋਪਰ ਕਰਨਾ ਹੈ। ਹੋਰ ਇਹਨੂੰ 2 ਤੋਂ 3 ਮਿੰਟ ਤੋਂ ਜ਼ਿਆਦਾ ਨਹੀਂ ਕਰੀਦਾ, ਕਈ ਤਾਂ ਹੋਰ ਕਰਨ ਦਾ ਤਰੀਕਾ ਗਲਤ ਹੋਣ ਨਾਲ ਦੰਦ ਤੁਹਾਡੇ ਘਸਣ ਵੀ ਸ਼ੁਰੂ ਹੋ ਜਾਂਦੇ। ਇਹ ਸਭ ਤੋਂ ਦੇਖਣ 'ਚ ਆਉਂਦਾ ਕਿ ਸਭ ਤੋਂ ਜ਼ਿਆਦਾ ਪ੍ਰਚਲਿਤ ਹੈ ਕਿ ਇੱਦਾਂ ਦੰਦ ਇਸ ਤਰ੍ਹਾਂ ਬੰਦਾ ਰੱਖਦਾ? ਨਹੀਂ, ਇੱਦਾਂ ਨਹੀਂ, ਆਪਾਂ ਹਾਂ ਆਪਾਂ ਉਹਨੂੰ ਉੱਪਰੋਂ ਥੱਲੇ ਕਰੀਦਾ। ਉਹਦਾ ਫਾਇਦਾ ਇਹ ਹੁੰਦਾ ਕਿ ਮਸੂੜਿਆਂ ਦੀ ਮਾਲਿਸ਼ ਵੀ ਹੁੰਦੀ ਹੈ ਅਤੇ ਨਾਲ ਨਾਲ ਤੁਹਾਡੇ ਜਿਹੜੇ 2 ਦੰਦਾਂ ਦੇ ਵਿੱਚ ਦੀ ਜਿਹੜੀ ਗੈਪ 'ਚ ਅਤੇ ਖਾਣਾ ਫਸਿਆ ਹੁੰਦਾ, ਅਗਰ ਆਪਾਂ ਸਿੱਧਾ ਸਿੱਧਾ ਯੂਜ਼ ਕਰਾਂਗੇ ਤਾਂ ਸਾਡਾ ਜਿਹੜਾ ਖਾਣਾ ਫਸਿਆ ਉਹ ਤਾਂ ਉੱਥੇ ਬਾਈਪਾਸ ਹੋ ਗਿਆ, ਉਹਨੂੰ ਆਪਾਂ ਛੱਡਤਾ। ਅਗਰ ਆਪਾਂ ਦੰਦਾਂ ਦੇ ਵਿਚਕਾਰ ਜਿਹੜਾ ਖਾਣਾ ਫਸਿਆ ਉਹਨੂੰ ਕੱਢਣਾ, ਨਾ ਕਿ ਆਪਾਂ ਦੰਦ ਨੂੰ ਰਗੜਨਾ, ਬਹੁਤ ਸਲੋਲੀ ਕਰੀਦਾ ਹੈ। ਇਹਦੇ ਲਈ ਕੋਈ ਇੱਦਾਂ ਨਹੀਂ ਹੈ ਕਿ ਪੂਰੀ ਜ਼ੋਰ ਲਾ ਕੇ, ਜਿੰਨਾ ਜ਼ੋਰ ਲਾਓਗੇ ਉਨੀ ਸਫਾਈ ਹੋਏਗੀ। ਇਹਨੂੰ ਬਸ ਇੱਕ ਤਰੀਕਾ ਹੈਗਾ ਜਿਹਦੇ ਨਾਲ ਬਹੁਤ ਪੋਲਾਈਟੀ, ਕਿਉਂਕਿ ਦੰਦ ਵੀ ਬਹੁਤ ਸੈਂਸਿਟਿਵ ਹੁੰਦੇ ਆ, ਇਹਨੂੰ ਆਪਾਂ ਬਹੁਤ ਜ਼ਿਆਦਾ ਰਗੜਾਂਗੇ ਅਤੇ ਕੱਲ੍ਹ ਸਾਡੀ ਦੂਜੀ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਏਗੀ, ਜਿਹਨੂੰ ਸੈਂਸਿਟੀਵਿਟੀ ਜਾਂ ਸਾਨੂੰ ਕਹੋ ਕਿ ਖੱਟਾ ਮਿੱਠਾ ਲੱਗਣ ਲੱਗ ਪਿਆ, ਉਹ ਚੀਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਡਾਕਟਰ ਸਾਹਿਬ, ਕਿਹੜੀ ਦੰਦਾਂ ਦੀ ਐਸੀ ਜ਼ਿਆਦਾ ਤਕਲੀਫ ਹੈ ਜਿਹਦੇ ਮਰੀਜ਼ ਤੁਹਾਡੇ ਕੋਲ ਸਭ ਤੋਂ ਜ਼ਿਆਦਾ ਆਉਂਦੇ, ਜਿੱਦਾਂ ਹੁਣ ਕੈਵਿਟੀਜ਼ ਵਗੈਰਾ ਦੇ ਤਾਂ ਕਹਿੰਦੇ ਆ? ਸਾਡੇ ਕੋਲ ਮਲਟੀਪਲ ਕੇਸਿਸ ਆਉਂਦੇ ਆ, ਉਹਦੇ ਵਿੱਚ ਸਭ ਤੋਂ ਜ਼ਿਆਦਾ ਤਾਂ ਕੈਵਿਟੀਜ਼ ਹੁੰਦੀਆਂ ਹੈ, ਉਹਦੇ ਬਾਅਦ ਕੈਵਿਟੀਜ਼ ਨੂੰ ਪੇਸ਼ੈਂਟ ਇਗਨੋਰ ਕਰਦਾ ਅਤੇ ਉਹਦੇ ਵਿੱਚ ਰੂਟ ਕੈਨਾਲ ਦੇ ਕੇਸਿਸ ਬਣ ਜਾਂਦੇ ਆ, ਅਤੇ ਸਾਨੂੰ ਰੂਟ ਕੈਨਾਲ ਕਰਨੀ ਪੈ ਜਾਵੇ। ਕਈ ਵਾਰ ਰੂਟ ਕੈਨਾਲ ਨੂੰ ਵੀ ਇਗਨੋਰ ਕਰਦੇ ਉਹ ਲੋਕ ਦਵਾਈਆਂ ਖਾ ਖਾ ਕੇ, ਉਹਦੇ ਵਿੱਚ ਫਿਰ ਸਾਨੂੰ ਫਿਰ ਉਹਨੂੰ ਦੰਦ ਕੱਢ ਕੇ ਫਿਰ ਇੰਪਲਾਂਟ ਵੀ ਕਰਨਾ ਪੈ ਸਕਦਾ, ਕਿਉਂਕਿ ਦੰਦ ਬਿਲਕੁਲ ਗਲ ਗਿਆ, ਹੁਣ ਉੱਥੇ ਕੁਛ ਬਚਿਆ ਹੀ ਨਹੀਂ, ਜੜ੍ਹਾਂ ਹੀ ਰਹਿ ਗਈਆਂ, ਅਤੇ ਸਾਨੂੰ ਫਿਰ ਜੜ੍ਹਾਂ ਕੱਢ ਕੇ ਫਿਰ ਸਾਨੂੰ ਉੱਥੇ ਇੰਪਲਾਂਟ ਕਰਨਾ ਪੈਂਦਾ। ਮੈਂ ਚਾਹੂੰਗਾ ਕਿ ਆਪਾਂ ਪਹਿਲਾਂ ਦਰਸ਼ਕਾਂ ਨੂੰ ਇਹ ਦੱਸ ਦਈਏ ਕਿ ਜਿਹੜਾ ਰੂਟ ਕੈਨਾਲ ਆਪਾਂ ਟ੍ਰੀਟਮੈਂਟ ਕਰੀਦਾ ਹੈਗਾ, ਹਾਂਜੀ, ਇਹ ਕਿੰਨਾ ਕੁ ਮਤਲਬ ਹੈਗਾ, ਕਿੰਨਾ ਕੁ ਸੀਰੀਅਸ ਹੈਗਾ ਜਾਂ ਕਿੰਨਾ ਕੁ ਹੈਗਾ? ਨਹੀਂ ਨਹੀਂ, ਤਾਂ ਕਿ ਨਾਲੇ ਕਿੰਨੀ ਕੁ ਜਲਦੀ ਕਰ ਦੇਣਾ ਚਾਹੀਦਾ, ਜੇ ਡਾਕਟਰ ਸੁਜੈਸਟ ਕਰਦਾ ਤਾਂ ਅਰਲੀ ਕਰਨਾ ਬਿਹਤਰ ਹੈ ਕਿ ਇਹਨੂੰ ਥੋੜ੍ਹਾ ਜਿਹਾ ਲਟਕਾਇਆ ਜਾ ਸਕਦਾ? ਬਿਲਕੁਲ, ਇਹਨੂੰ ਆਪਾਂ 3 ਸਟੇਜ ਵੰਡਦੇ ਹਾਂ, ਮਾਈਲਡ, ਮੋਡਰੇਟ ਐਂਡ ਸੀਵੀਅਰ। ਹਾਂਜੀ, ਅਗਰ ਮਾਈਲਡ ਕੰਡੀਸ਼ਨ 'ਚ ਹੈਗਾ ਅਤੇ ਅਜੇ ਐਕਸਪੋਜ਼ਰ ਹੋਇਆ ਹੀ ਆ, ਅਗਰ ਉਸ ਦੰਦ ਦੀ ਰੂਟ ਕੈਨਾਲ ਕੀਤੀ ਜਾਵੇ ਅਤੇ ਉਹ 20-25 ਸਾਲ 30 ਸਾਲ ਕਿਤੇ ਨਹੀਂ ਗਿਆ ਜੀ, ਉਹੀ ਅਗਰ ਮੋਡਰੇਟ 'ਚ ਆ ਗਿਆ ਕਿ ਦੰਦ ਕਾਫੀ ਗਲ ਚੁੱਕਿਆ ਹੈ ਅਤੇ ਉਹਦੇ ਵਿੱਚ ਹੁਣ ਸਾਨੂੰ ਉਹਦੀ ਰੂਟ ਕੈਨਾਲ ਤਾਂ ਕਰ ਰਹੇ ਹਾਂ, ਲੇਕਿਨ ਉਹ ਹੱਦ 5-7 ਸਾਲ ਚੱਲੇਗਾ। ਔਰ ਉੱਦਾਂ ਹੀ ਕੰਡੀਸ਼ਨ, ਅਗਰ ਸੀਵੀਅਰ ਕੰਡੀਸ਼ਨ 'ਚ ਆਇਆ ਪੇਸ਼ੈਂਟ ਕਿ ਬਿਲਕੁਲ ਹੀ ਗਲਿਆ ਹੋਇਆ ਦੰਦ, ਕੁਛ ਬਚਿਆ ਹੀ ਨਹੀਂ ਆ, ਜੜ੍ਹਾਂ ਹੀ ਰਹਿ ਗਈਆਂ, ਉਹਦੀ ਰੂਟ ਕੈਨਾਲ ਕਰਕੇ ਕਈ ਵਾਰ ਸਾਨੂੰ ਉੱਦਾਂ ਦੇ ਰਿਜ਼ਲਟ ਨਹੀਂ ਮਿਲਦੇ, ਫਿਰ ਸਾਨੂੰ ਕਈ ਵਾਰ ਇੰਪਲਾਂਟ ਬਾਰੇ ਸੋਚਣਾ ਪੈਂਦਾ ਕਿ ਇਹਦੇ ਵਿੱਚ ਹੁਣ ਆਪਾਂ ਇੰਪਲਾਂਟ ਕਰੀਏ ਜੀ। ਡਾਕਟਰ ਸਾਹਿਬ, ਇੱਕ ਹੋਰ ਜਿਹੜੀ ਬੜੀ ਜ਼ਿਆਦਾ ਕੋਮਨ ਹੈਗੀ ਹੈ, ਯੰਗ ਏਜ 'ਚ ਬੜੀ ਕੋਮਨ ਹੈ, ਕਿਉਂਕਿ ਹਰ ਕਿਸੇ ਨੂੰ ਖੂਬਸੂਰਤ ਅਤੇ ਸੁੰਦਰ ਲੱਗਣ ਦਾ ਤਾਂ ਸ਼ੌਂਕ ਹੁੰਦਾ ਹੀ ਹੈ। ਬਿਲਕੁਲ, ਅਤੇ ਉਹਦੇ ਵਿੱਚ ਦੰਦਾਂ ਦਾ ਬਹੁਤ ਜ਼ਿਆਦਾ ਰੋਲ ਹੈ। ਬਿਲਕੁਲ, ਜਿੱਦਾਂ ਹੁਣ ਟੇਢੇ ਮੇਢੇ ਦੰਦ ਹੈ ਕਿਸੇ ਦੇ ਅਤੇ ਉਹ ਬ੍ਰੇਸਿਸ ਵਗੈਰਾ ਲਗਵਾਉਣੀ ਚਾਹੁੰਦਾ, ਮੈਂ ਤਾਂ ਚਾਹੂੰਗਾ ਕਿ ਦਰਸ਼ਕਾਂ ਨੂੰ ਇਹ ਦੱਸੋ ਕਿ ਕਿਹੜੀ ਏਜ 'ਤੇ ਆਪਾਂ ਬ੍ਰੇਸਿਸ ਲਗਾ ਸਕਦੇ, ਕਦੋਂ ਸ਼ੁਰੂ ਕਰੀਏ? ਬ੍ਰੇਸਿਸ ਆਪਾਂ ਪਹਿਲਾਂ ਇੱਕ ਹੁੰਦਾ ਸੀਗਾ, ਆਪਾਂ ਸੋਚਦੇ ਹੁੰਦੇ ਸੀਗੇ ਕਿ ਪੱਕੇ ਦੰਦ ਆ ਜਾਣ ਅਤੇ ਆਪਾਂ ਉਹਦੇ ਬਾਅਦ ਬ੍ਰੇਸਿਸ ਲਗੇ, ਲੇਕਿਨ ਅੱਜ ਕੱਲ੍ਹ ਇੱਦਾਂ ਹੋ ਗਿਆ ਕਿ ਆਪਾਂ ਦੁੱਧੇ ਦੰਦ ਦੇ ਵਿੱਚ ਵੀ, ਅਜੇ ਮਿਕਸ ਡੈਂਟੀਸ਼ਨ ਆ, ਦੁੱਧੇ ਦੰਦ ਵੀ ਹੈਗੇ ਆ, ਪੱਕੇ ਦੰਦ ਵੀ ਹੈਗੇ ਆ, ਲੇਕਿਨ ਆਪਾਂ ਪ੍ਰੀਵੈਂਟਿਵ ਔਰਥੋਡੋਂਟਿਕ ਟ੍ਰੀਟਮੈਂਟ ਉਦੋਂ ਹੀ ਸ਼ੁਰੂ ਕਰ ਦਿੰਦੇ ਹਾਂ। ਮਤਲਬ ਅਰਲੀ ਕਰਨਾ, ਅਰਲੀ ਕਰਨਾ ਬਹੁਤ ਬਿਹਤਰ ਹੈ, ਉਹਦੇ ਵਿੱਚ ਸਾਨੂੰ ਇਹ ਹੁੰਦਾ ਕਿ ਜਿਹੜਾ ਡੈਮੇਜ ਹੋ ਰਿਹਾ ਉਹਨੂੰ ਆਪਾਂ ਪਹਿਲਾਂ ਹੀ ਬਚਾ ਸਕਦੇ ਹਾਂ। ਆਪਾਂ ਗੱਲਬਾਤ ਜਾਰੀ ਰੱਖਦੇ, ਸਾਡੇ ਕਾਲਰ ਜੁੜੇ ਹਨ। ਹੈਲੋ ਹੈਲੋ ਡਾਡ ਬੱਲਾ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ। ਗੁਰਮੀਤ ਸਿੰਘ ਜੀ, ਕੀ ਹਾਲ ਚਾਲ ਹੈ? ਤੁਹਾਡੀ ਮੇਰੇ ਤੁਹਾਡੀ ਕਿਰਪਾ ਨਜ਼ਰ ਅਨਾਜ ਹੈ ਡਾਡ ਜੀ। ਹਾਂਜੀ, ਆਪਣਾ ਸਵਾਲ ਕਰੋ। ਬੇਨਤੀ ਕਰਨੀ ਆ ਭਾਈ, ਦੰਦੇ ਆ ਨਾ, ਇਹਦੀ ਇੱਕ ਸੁੰਦਰਤਾ ਆ। ਹਾਂਜੀ, ਇੱਕ ਸੁੰਦਰਤਾ, ਸੁੰਦਰਤਾ ਨੂੰ ਕਾਇਮ ਰੱਖਣਾ ਬਹੁਤ ਜ਼ਰੂਰੀ ਆ ਜੀ। ਬਿਲਕੁਲ, ਮੈਂ ਡਾਕਟਰ ਸਾਹਿਬ ਪੁੱਛਣਾ ਆ ਭਾਈ, ਡਾਕਟਰ ਸਾਹਿਬ ਕਈ ਵਾਰੀ ਜਿਹੜਾ ਪਾਣੀ ਠੰਡਾ ਪੀਂਦੇ ਆ ਜਾਂ ਕੋਕ ਪੀਂਦੇ, ਉਹ ਜ਼ਿਆਦਾ ਠੰਡਾ ਲੱਗਦਾ, ਜੇ ਗਰਮ ਪੀਂਦੇ ਆ ਤਾਂ ਗਰਮ ਜ਼ਿਆਦਾ ਲੱਗਦਾ, ਇਹ ਕੀ ਕਾਰਨ? ਦੰਦਾਂ ਨੂੰ ਕੀ ਨੁਕਸ ਪੈ ਗਿਆ ਜਿਹੜਾ ਏਦਾਂ, ਇਹ ਜਿਹੜੀ ਹੈਗੀ ਆ ਦੰਦ ਨਹੀਂ ਸਾਰਦੇ, ਇਹਦਾ ਇਲਾਜ
एक्चुअली हुंदा की आ कि बहुत सारे लोगों को ब्रशिंग का प्रोसेस नहीं पता, हाँ जी वो क्वालिटी ऑफ ब्रश नहीं देखते, हाँ जी ब्रश हार्ड या माइल्ड मीडियम या के सॉफ्ट या ये नहीं देखते। ਆਪਾਂ ਸਿਲੈਕਸ਼ਨ ਆਫ ਬ੍ਰਸ਼ ਜਿਹੜਾ ਹੈਗਾ ਉਹ ਦੇਖਣਾ ਬਹੁਤ ਜ਼ਰੂਰੀ ਹੈ, ਮਤਲਬ ਸਹੀ ਤਰੀਕੇ ਦਾ ਸੌਫਟ ਜਿਹਾ ਬ੍ਰਸ਼ ਹੋਣਾ ਚਾਹੀਦਾ ਤਾਂ ਕਿ ਦੰਦਾਂ ਨੂੰ ਜ਼ਿਆਦਾ ਰਗੜੇ ਨਾ ਤੇ ਦੰਦਾਂ ਨੂੰ ਜ਼ਿਆਦਾ ਸੈਂਸਿਟਿਵ ਨਾ ਬਣਾ ਦੇ। ਹੁਣ ਇੱਕ ਤਾਂ ਬ੍ਰਸ਼ ਦੀ ਕੁਆਲਿਟੀ ਹੋ ਗਈ, ਪਲੱਸ ਹੋ ਗਿਆ ਕਿ ਕਰਨ ਦਾ ਤਰੀਕਾ, ਬ੍ਰਸ਼ ਜਿਹੜਾ ਪੇਸਟ ਯੂਜ਼ ਕਰ ਰਹੇ ਹਾਂ, ਅੱਜ ਕੱਲ੍ਹ ਮਾਰਕੀਟ 'ਚ ਬਹੁਤ ਸਾਰੇ ਇੱਦਾਂ ਦੇ ਪੇਸਟ ਹੈਗੇ ਆ ਜਿਹਦੇ ਵਿੱਚ ਮਾਈਕਰੋ ਗ੍ਰੈਨਿਊਲਸ ਹੁੰਦੇ ਆ, ਹਾਂਜੀ ਉਹ ਐਬਰੇਸਿਵ ਹੁੰਦੇ ਆ, ਮਤਲਬ ਕਿ ਦੰਦ ਨੂੰ ਘਸਾਉਂਦੇ ਰਗੜ ਦਿੰਦੇ ਰਗੜ ਦਿੰਦੇ ਆ। ਤੇ ਉਹਦੇ ਨਾਲ ਕੀ ਹੁੰਦਾ ਹੈ ਕਿ ਆਪਾਂ ਉਹਨੂੰ ਇਹ ਸੋਚਦੇ ਹਾਂ ਕਿ ਆਪਾਂ ਸਫਾਈ ਕਰ ਰਹੇ ਹਾਂ, ਸਫਾਈ ਨਹੀਂ ਕਰ ਰਹੇ ਹੁੰਦੇ ਆਪਾਂ, ਜਿਹੜਾ ਬਹੁਤ ਇੰਪੋਰਟੈਂਟ ਪਾਰਟ ਹੈ ਸਾਡੇ ਦੰਦਾਂ ਦੇ ਉੱਤੇ ਜਿਹੜੀ ਲੇਅਰ ਹੈ ਜਿਹੜੀ ਸਾਨੂੰ ਠੰਡਾ ਗਰਮ ਤੋਂ ਬਚਾਉਂਦੀ ਆ, ਆਪਾਂ ਉਹਨੂੰ ਹੀ ਰਗੜ ਰਹੇ ਹਾਂ ਜੀ। ਪਰ ਹੁੰਦਾ ਕੀ ਆ ਕਿ ਉਹ ਜਦੋਂ ਇੰਪੋਰਟੈਂਟ ਲੇਅਰ ਨੂੰ ਜਿਹਨੂੰ NML ਕਹਿੰਦੇ ਆਪਾਂ, ਉਹ ਜਦੋਂ ਘਸ ਜਾਂਦੀ ਹੈ ਤੇ ਫਿਰ ਪੇਸ਼ੈਂਟ ਨੂੰ ਅੰਦਰ ਦੀਆਂ ਜਿਹੜੀਆਂ ਸੈਂਸਿਟਿਵ ਪਾਰਟ ਐਕਸਪੋਜ਼ ਹੋ ਜਾਂਦਾ, ਉਹਦੇ ਬਾਅਦ ਠੰਡਾ ਗਰਮ ਲੱਗਣਾ ਸ਼ੁਰੂ ਹੋ ਜਾਂਦਾ। ਇੱਦਾਂ ਦੇ ਕੰਡੀਸ਼ਨ ਵਿੱਚ ਸ਼ੁਰੂਆਤ 'ਚ ਆਪਾਂ ਸਿਮਟੋਮੈਟਿਕ ਟ੍ਰੀਟਮੈਂਟ ਦਿੰਦੇ ਹਾਂ, ਜਿੱਦਾਂ ਡਿਸਇੰਟਸਾਈਜ਼ਰ ਆਪਾਂ ਮਾਊਥਵਾਸ਼ ਦੇ ਤੇ ਪੇਸਟ ਦੇਤੀ ਆ, ਅਗਰ ਪੇਸ਼ੈਂਟ ਕੰਫਰਟੇਬਲ ਆ ਠੀਕ ਹੈ, ਨਹੀਂ ਤਾਂ ਅਦਰਵਾਈਜ਼ ਸਾਨੂੰ ਫਿਰ ਰੂਟ ਕੈਨਾਲ ਕਰਨੀ ਪੈਂਦੀ ਆ, ਸੋ ਦੈਟ ਕਿ ਆ ਦੰਦ ਨੂੰ ਡੈਡ ਬਚਾਉਣਾ ਤਾਂ ਪੈਣਾ ਹੀ, ਹਾਂਜੀ, ਤਾਂ ਕਿ ਉਹਦੀ ਸੈਂਸਿਟੀਵਿਟੀ ਘੱਟ ਹੋਵੇ। ਪਰ ਦੇਖਿਆ ਜਾਂਦਾ ਡਾਕਟਰ ਸਾਹਿਬ, ਪੇਸ਼ੈਂਟ ਤਾਂ ਬੜੇ ਕਨਫਿਊਜ਼ ਹੈ, ਹੁਣ ਮਾਰਕੀਟ ਦੇ ਵਿੱਚ ਕੋਈ ਕਹਿੰਦਾ ਆਯੁਰਵੈਦਿਕ ਪੇਸਟ ਹੈ ਜੀ, ਆ ਇਹ ਕੰਪਨੀ ਦਾ ਪੇਸਟ ਹੈ ਜੀ, ਇਹਦੇ ਵਿੱਚ ਆਹ ਪਾਤਾ, ਇਹਦੇ 'ਚ ਆਹ ਪਾਤਾ, ਮਤਲਬ ਕਿਹੜੀ ਚੀਜ਼ ਨੂੰ ਬੰਦਾ ਫੋਲੋ ਕਰੇ? ਬਹੁਤ ਆਸਾਨ ਤਰੀਕਾ ਇਸ ਚੀਜ਼ ਵਾਸਤੇ ਕਿ ਅਗਰ ਕਿਸੇ ਪੇਸ਼ੈਂਟ ਨੂੰ ਸੈਂਸਿਟੀਵਿਟੀ ਹੈਗੀ ਆ, ਹਾਂਜੀ, ਤੇ ਉਹ ਪੇਸਟ ਨੂੰ ਅਗਰ ਜਿਹੜਾ ਵੀ ਪੇਸਟ ਯੂਜ਼ ਕਰ ਰਿਹਾ ਉਹਨੂੰ ਆਪਣੇ ਦੋ ਉਂਗਲਾਂ ਵਿੱਚ ਲਵੇ ਔਰ ਉਹਨੂੰ ਹਲਕਾ ਜਿਹਾ ਮਸਲ ਕੇ ਦੇਖੇ, ਅਗਰ ਉਹਦੇ ਵਿੱਚ ਉਹਨੂੰ ਲੱਗਦਾ ਕਿ ਕੁਛ ਦਾਣੇ ਵਰਗੀ ਚੀਜ਼ਾਂ, ਕੁਛ ਚੀਜ਼ ਇੱਦਾਂ ਦੀ ਹੈ ਜਿਹੜੀ ਕਿ ਐਬਰੇਸਿਵ ਆ, ਗ੍ਰੈਨਿਊਲਸ ਆ ਵਿੱਚ, ਹੋਰ ਉਹ ਚੀਜ਼ ਉਹਦੇ ਲਈ ਠੀਕ ਨਹੀਂ ਹੈ ਅਗਰ ਸੈਂਸਿਟੀਵਿਟੀ। ਬਹੁਤ ਸੋਹਣਾ ਪੁਆਇੰਟ ਦੱਸਿਆ ਡਾਕਟਰ ਸਾਹਿਬ ਨੇ। ਹੋਰ ਅਗਰ ਤੁਹਾਨੂੰ ਉਹਨੂੰ ਮਸਲ ਰਹੇ ਹੋ ਪੇਸਟ ਨੂੰ ਦੋ ਦੋ ਉਂਗਲਾਂ ਦੇ ਵਿੱਚ, ਹੋਰ ਉਹ ਤੁਹਾਨੂੰ ਇੱਦਾਂ ਲੱਗਦਾ ਕਿ ਕੁਛ ਵੀ ਨਹੀਂ ਆ ਰਿਹਾ, ਜਸਟ ਪੇਸਟ ਆ, ਹਾਂਜੀ, ਇੱਕ ਸਮੂਥਨੈਸ ਆ ਰਹੀ ਆ, ਉਹ ਤੁਹਾਡੇ ਲਈ ਠੀਕ ਹੈ ਜੀ। ਬਹੁਤ ਸੋਹਣੀ ਗੱਲ ਦੱਸੀ ਡਾਕਟਰ ਸਾਹਿਬ। ਕਈ ਜਿੱਦਾਂ ਹੁਣ ਪੁਰਾਣੇ ਬਜ਼ੁਰਗ ਸੀ, ਦਾਤਣ ਕਰਦੇ ਸੀ, ਨਿੰਮ ਦਾ ਦਾਤਣ ਕਰਦੇ ਸੀ, ਕੀ ਦਾਤਣ ਦਾ ਵੀ ਕੋਈ ਰੋਲ ਹੈ ਦੰਦ ਬਚਾਉਣ 'ਚ ਜਾਂ ਸੈਂਸਿਟੀਵਿਟੀ? ਦਾਤਣ ਦੇਖੋ, ਇੱਕ ਟਾਈਮ ਮੈਂ ਆਯੁਰਵੈਦਿਕ ਨੂੰ ਕਦੇ ਵੀ ਅਗੇਂਸਟ ਨਹੀਂ ਹੋਏ ਆਪਾਂ, ਆਯੁਰਵੈਦਿਕ ਇਜ਼ ਗੁੱਡ, ਕਿਉਂਕਿ ਉਹਦੇ ਵਿੱਚ ਕੁਛ ਇੱਦਾਂ ਦੇ ਕੈਮੀਕਲਸ ਹੁੰਦੇ ਆ, ਆਯੁਰਵੈਦਿਕ ਇਜ਼ ਆਲਵੇਜ਼ ਗੁੱਡ ਫੋਰ ਓਵਰਆਲ ਹੈਲਥ, ਲੇਕਿਨ ਆਲਵੇਜ਼ ਯੂ ਕੈਨ ਨਾਟ, ਤੁਸੀਂ ਉਹਨਾਂ ਉੱਤੇ ਟਰੱਸਟ ਨਹੀਂ ਕਰ ਸਕਦੇ ਕਿ ਆਪਾਂ ਹੁਣ, ਕਿਉਂਕਿ ਜਿਹੜਾ ਪ੍ਰੋਪਰ ਬ੍ਰਸ਼ ਬਣਿਆ ਹੋਇਆ ਉਹ ਇੱਕ ਦੰਦਾਂ ਦੀ ਐਨਾਟੋਮੀ ਦੇ ਹਿਸਾਬ ਨਾਲ ਬਣਿਆ ਹੋਇਆ, ਅਤੇ ਇਹ ਉਹ ਤੁਸੀਂ ਜ਼ਰੂਰ ਕਰੋ ਲੇਕਿਨ ਬ੍ਰਸ਼ ਵੀ ਨਾਲ ਜ਼ਰੂਰ ਕਰੋ। ਡਾਕਟਰ ਸਾਹਿਬ, ਡੈਂਟਲ ਬ੍ਰੇਸਿਸ ਦੀ ਗੱਲ ਕਰ ਰਹੇ ਸੀ, ਹਾਂਜੀ, ਯੰਗ ਏਜ ਤਾਂ ਤੁਸੀਂ ਦੱਸਤਾ ਕਿ ਕਿਸੇ ਵੀ ਸਟੇਜ 'ਤੇ ਆਪਾਂ ਦੁੱਧ ਵਾਲੇ ਦੰਦਾਂ 'ਚ ਵੀ ਸ਼ੁਰੂ ਕਰ ਸਕਦੇ ਹਾਂ ਮਿਕਸ ਡੈਂਟੇਸ਼ਨ, ਹਾਂਜੀ। ਪਰ ਡਾਕਟਰ ਸਾਹਿਬ, ਇੱਕ ਇਹ ਵੀ ਖਿਆਲ ਆਉਂਦਾ ਕਿ ਕੁਛ ਲੋਕ ਹੈਗਾ ਕਿ ਜਿੱਦਾਂ ਹੁਣ ਉਮਰ ਜ਼ਿਆਦਾ ਹੋ ਗਈ, ਉਹ ਤਾਂ ਹਾਲੇ ਵੀ ਟੇਢੇ ਮੇਢੇ ਦੰਦ ਹੈ, ਖਾਹਿਸ਼ਾਂ ਤਾਂ ਖਤਮ ਨਹੀਂ ਹੁੰਦੀਆਂ ਇਨਸਾਨ, ਬਿਲਕੁਲ, ਕਿਸੇ ਵੀ ਏਜ 'ਤੇ ਦੰਦਾਂ ਦਾ ਕੀਤਾ ਜਾ ਸਕਦਾ? ਬਿਲਕੁਲ, ਇਹ ਬਹੁਤ ਇੰਪੋਰਟੈਂਟ ਗੱਲ ਕਹੀ ਤੁਸੀਂ, ਲੇਕਿਨ ਇਹਦੇ ਵਿੱਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਇਹ ਆ ਕਿ ਓਰਲ ਹਾਈਜੀਨ ਦਾ ਬਹੁਤ ਵੱਡਾ ਰੋਲ ਆ। ਅਗਰ ਕੋਈ 24 ਸਾਲ ਦਾ ਪੇਸ਼ੈਂਟ ਆ ਜਾਂ 20 ਸਾਲ ਦਾ ਪੇਸ਼ੈਂਟ ਆ, ਅਗਰ ਉਹਦੀ ਹਾਈਜੀਨ ਪ੍ਰੋਪਰ ਓਰਲ ਹਾਈਜੀਨ ਨਹੀਂ ਹੈਗੀ, ਉਹਦੀ ਮਸੂੜਿਆਂ ਦੀ ਜਾਂ ਹੱਡੀ ਦੀ ਪ੍ਰੋਬਲਮ ਆਈ ਹੋਈ ਆ, ਅਤੇ ਉਸ ਕੰਡੀਸ਼ਨ 'ਚ ਆਪਾਂ ਅਵੋਇਡ ਕਰਦੇ ਹਾਂ, ਕਿਉਂਕਿ ਉਹਦੀ ਜਿਹੜੀ ਹੱਡੀ 'ਚ ਗ੍ਰਿਪ ਆ ਦੰਦਾਂ ਦੀ ਉਹ ਬਹੁਤ ਲੂਜ਼ ਆ, ਉਹਦੇ ਵਿੱਚ ਬ੍ਰੇਸਿਸ ਨਹੀਂ ਆ। ਲੇਕਿਨ ਅਗਰ ਕੋਈ 40 ਸਾਲ ਦਾ ਪੇਸ਼ੈਂਟ ਆ ਪਰ ਉਹਦੀ ਹੱਡੀ ਔਰ ਮਸੂੜੇ ਬਹੁਤ ਵਧੀਆ ਹੈ, ਅਤੇ ਉਹਦੇ ਵਿੱਚ ਬਿਲਕੁਲ ਬ੍ਰੇਸਿਸ ਕਰ ਸਕਦੇ, ਕਿਉਂਕਿ ਸਾਨੂੰ ਜਿਹਦੀ ਦੰਦਾਂ ਨੂੰ ਮੂਵ ਕਰਨਾ ਉਹਦੇ ਵਿੱਚ ਹੱਡੀ ਦਾ ਅਤੇ ਮਸੂੜਿਆਂ ਦਾ ਬਹੁਤ ਵੱਡਾ ਰੋਲ ਹੁੰਦਾ, ਉਹਨਾਂ ਦੀ ਪ੍ਰੋਪਰ ਗ੍ਰਿਪ ਬਹੁਤ ਜ਼ਰੂਰੀ ਹੁੰਦੀ ਹੈ। ਏਜ ਦਾ ਕੋਈ ਰੋਲ ਨਹੀਂ ਹੈਗਾ, ਮੇਨ ਰੋਲ ਹੈਗਾ ਓਰਲ ਹਾਈਜੀਨ ਤੁਹਾਡੀ ਕਿੰਨੀ ਇੰਪੋਰਟੈਂਟ। ਡਾਕਟਰ ਸਾਹਿਬ, ਜਿੱਦਾਂ ਹੁਣ ਓਲਡ ਏਜ ਦੇ ਸਾਹਮਣੇ ਜਿੱਦਾਂ ਤਾਂ ਏਜ ਬੰਦੇ ਦੀ ਵੱਧਦੀ ਹੈ, ਹਾਂਜੀ, ਦੰਦਾਂ ਦੇ ਵਿੱਚ ਗੈਪ ਆਉਣਾ ਸ਼ੁਰੂ ਹੁੰਦਾ, ਆਪਾਂ ਦੇਖਦੇ ਕਈਆਂ ਦੇ ਬਿਲਕੁਲ ਬਹੁਤ ਸਾਰਾ ਗੈਪ ਆ ਜਾਂਦਾ, ਉਸ ਗੈਪ ਨੂੰ ਆਪਾਂ ਕੀ ਕਰ ਸਕਦੇ? ਗੈਪ ਆਉਣ ਦਾ ਪਹਿਲਾਂ ਕਾਰਨ ਦੇਖਣਾ ਜ਼ਰੂਰੀ ਹੈ। ਗੈਪ ਵਿੱਚ, ਗੈਪ ਜਦੋਂ ਆਉਂਦਾ ਹੈ ਖਾਸ ਕਰਕੇ ਉਦੋਂ ਆਉਂਦਾ ਹੈ ਕਿ ਖਾਸ ਕਰ ਪੇਸ਼ੈਂਟ ਕਈ ਵਾਰ ਕੀ ਹੁੰਦਾ ਕਿ ਕਈ ਜਿਹਨੂੰ ਉਹਨਾਂ ਦੇ ਪਿਛਲੀ ਦਾੜਾਂ ਹੈਗੀਆਂ ਉਹ ਘਸ ਜਾਂਦੀਆਂ, ਹਾਂਜੀ, ਜਦੋਂ ਪਿਛਲੀਆਂ ਦਾੜਾਂ ਘਸ ਜਾਂਦੀਆਂ ਜਾਂ ਮਿਸਿੰਗ ਆ, ਹੈ ਹੀ ਨਹੀਂ, ਹਾਂਜੀ, ਪੇਸ਼ੈਂਟ ਨੇ ਆਪਣੀ ਦਾੜਾਂ ਕਢਾ ਲਈਆਂ, ਲਵਾਈਆਂ ਨਹੀਂ, ਹਾਂਜੀ, ਅਤੇ ਉਹਦਾ ਸਾਰਾ ਭਾਰ ਅਗਲੇ ਦੰਦਾਂ 'ਚ ਪੈਂਦਾ, ਜਿਹੜਾ ਕਿ ਦਾੜਾਂ ਨੇ ਭਾਰ ਸੰਭਾਲਣਾ ਸੀਗਾ ਉਹ ਪਿਛਲੀਆਂ ਦਾੜਾਂ ਮਿਸਿੰਗ ਹੋਣ ਦੇ ਕਾਰਨ ਅਗਲੇ ਦੰਦਾਂ ਉੱਤੇ ਭਾਰ ਪੈਂਦਾ। ਜਦੋਂ ਅਗਲੇ ਦੰਦਾਂ ਉੱਤੇ ਭਾਰ ਪੈਂਦਾ ਤਾਂ ਉਹ ਗ੍ਰੈਂਡਿੰਗ ਵਾਸਤੇ ਤਾਂ ਬਣੀਆਂ ਨਹੀਂ ਹੈ, ਅਤੇ ਉਹ ਫਿਰ ਧੀਰੇ ਧੀਰੇ ਆਪਣਾ ਜਿਹੜਾ ਉਹਨਾਂ ਦਾ ਗ੍ਰਿਪ ਹੈਗੀ ਆ ਉਹ ਲੂਜ਼ ਕਰਦੇ ਹੋਏ ਬਾਹਰ ਆਉਣਾ ਸ਼ੁਰੂ ਹੋ ਜਾਂਦਾ। ਦੂਜਾ ਕਾਰਨ ਹੈਗਾ ਕਿ ਅਗਰ
ਮਸੂੜੇ ਦੀ ਜਾਂ ਹੱਡੀ ਦੀ ਪ੍ਰੋਬਲਮ ਹੈਗੀ ਆ ਅਤੇ ਉਸ ਕੰਡੀਸ਼ਨ 'ਚ ਵੀ ਉਹ ਆਪਣਾ ਗ੍ਰਿਪ ਖੋ ਦਿੰਦੇ ਆ ਦੰਦਾਂ ਦੀ ਜਿਹੜੀ ਦੰਦਾਂ ਦੀ ਹੱਡੀ ਵਿੱਚ ਗ੍ਰਿਪ ਹੈਗੀ ਉਹ ਖੋ ਦਿੰਦੇ ਆ ਫਿਰ ਧੀਰੇ ਧੀਰੇ ਦੰਦ ਬਾਹਰ ਆਉਣੇ ਸ਼ੁਰੂ ਹੋ ਜਾਂਦੇ ਆ ਇਹ ਵੀ ਇੱਕ ਮੇਨ ਕਾਰਨ ਹੈ ਜਿਹੜਾ ਕਿ ਆਪਾਂ ਆਏ ਦਿਨ ਪੇਸ਼ੈਂਟ ਵਿੱਚ ਦੇਖਦੇ ਹਾਂ ਡਾਕਟਰ ਸਾਹਿਬ ਮੈਂ ਚਾਹੂੰਗਾ ਹੁਣ ਆਪਾਂ ਤੁਹਾਡੀ ਜਿਹੜੀ ਮਹਾਰਤ ਹੈ ਉਹਦੀ ਵੀ ਗੱਲ ਕਰੀਏ ਹਾਂਜੀ ਡੈਂਟਲ ਇੰਪਲਾਂਟ ਬਾਰੇ ਹਾਂਜੀ ਇਹ ਆਪਾਂ ਪਰ ਸਵਾਲ ਜਾਰੀ ਰੱਖਾਂਗੇ ਸਾਡੇ ਕਾਲਰ ਜੁੜੇ ਹਨ ਹਾਂਜੀ ਹੈਲੋ ਹਾਂਜੀ ਹਾਂਜੀ ਹੈਲੋ ਆਪਣਾ ਸਵਾਲ ਕਰੋ ਹਾਂਜੀ 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 ਗੁਲਜ਼ਾਰ ਸਿੰਘ ਜੀ ਆਪਣਾ ਸਵਾਲ ਕਰੋ ਬਹੁਤ ਬਹੁਤ ਸਵਾਗਤ ਹੈ ਹਾਂਜੀ ਸਰ ਮੈਂ ਨਾ ਪੁੱਛਣਾ ਚਾਹੁੰਦਾ ਮੇਰਾ ਬੇਟਾ 3 ਸਾਲ ਦਾ ਹਾਂਜੀ ਉਹਨੇ ਦੰਦ ਦੇ ਬਹੁਤ ਸੋਹਣੇ ਉੱਗੇ ਸੀ ਪਰ ਨਾ ਉਹ ਕੁਝ ਉੱਪਰਲੇ ਦੰਦਾਂ 'ਚੋਂ ਕਾਲਾਪਨ ਨਜ਼ਰ ਆਉਣ ਡਿਆ ਉਹਨਾਂ ਦੇ ਜੀ ਉਹ ਕੀ ਕਾਰਨ ਹੈ ਮੈਨੂੰ ਕੋਈ ਡਾਇਟ ਦਾ ਵਾਧਾ ਘਾਟਾ ਜਾਂ ਕੋਈ ਅੰਦਰ ਦਾ ਰੋਗ 3 ਸਾਲ ਦਾ ਬੱਚਾ ਹਾਂਜੀ ਬਿਲਕੁਲ 2.5 ਸਾਲ ਤੱਕ ਬੱਚੇ ਦੇ ਦੋ ਦੰਦ ਸਾਰੇ ਆ ਜਾਂਦੇ 6 ਸਾਲ ਦੀ 6 ਮਹੀਨੇ ਦੀ ਉਮਰ ਤੋਂ ਦੰਦ ਆਉਣੇ ਸ਼ੁਰੂ ਹੁੰਦੇ ਆ ਹੁੰਦਾ ਕੀ ਆ ਕਿ ਸਾਡੀ ਸੁਸਾਇਟੀ ਵਿੱਚ ਰਾਤ ਨੂੰ ਦੁੱਧ ਪਿਲਾਉਣ ਦੀ ਇੱਕ ਆਦਤ ਆ ਅਤੇ ਪੇਰੈਂਟਸ ਹਮੇਸ਼ਾ ਇਹ ਡਰਦੇ ਕਿ ਬੱਚੇ ਨੂੰ ਦੁੱਧ ਨਾ ਪਿਆ ਕਿਤੇ ਡਾਇਟ ਵਿੱਚ ਇਫੈਕਟ ਨਾ ਹੋਵੇ ਅਤੇ ਜਾਂ ਬੱਚਾ ਰਾਤ ਨੂੰ ਰੋਂਦਾ ਹੈ ਤਾਂ ਉਹਨੂੰ ਰਾਤ ਨੂੰ ਬੋਟਲ ਦੇ ਦਿੱਤੀ ਜੇ ਰਾਤ ਨੂੰ ਦੁੱਧ ਦੇ ਦਿੱਤਾ ਇਹ ਬੇਬੀ ਬੋਟਲ ਸਿੰਡਰਮ ਜਿਹਨੂੰ ਕਹਿੰਦੇ ਆ ਤੁਹਾਨੂੰ ਪਤਾ ਹੋਏਗਾ ਇਹਦੇ ਨਾਲ ਕੀ ਹੁੰਦਾ ਕਿ ਬੱਚਾ ਜਦੋਂ ਰਾਤ ਨੂੰ ਦੁੱਧ ਪੀ ਕੇ ਸੌਂਦਾ ਹੈ ਅਗਰ ਬੋਟਲ ਨਾ ਪੀਤਾ ਹੈ ਕਿਸੇ ਵੀ ਤਰੀਕੇ ਨਾਲ ਪੀਤਾ ਉਹਦਾ ਸਾਰਾ ਦੁੱਧ ਜਿਹੜਾ ਹੈਗਾ ਉਹਦੇ ਮੂੰਹ ਵਿੱਚ ਰਹਿ ਜਾਂਦਾ ਹੈ ਔਰ ਮੂੰਹ ਵਿੱਚ ਇੱਦਾਂ ਦੇ ਬੈਕਟੀਰੀਆਜ਼ ਹੈਗੇ ਆ ਕਿ ਜਿਹੜੇ ਦੁੱਧ ਦੇ ਕੰਟੈਕਟ 'ਚ ਆਉਂਦੇ ਆ ਅਤੇ ਉਦੋਂ ਉਹ ਕੈਰੀਜ਼ ਜਿਹੜਾ ਦੰਦ ਦੀ ਸੜਨ ਪੈਦਾ ਕਰਦੇ ਆ ਅਤੇ ਹੋਰ ਖਾਸ ਕਰਕੇ ਜਿਹੜੇ ਦੁੱਧ ਦੇ ਦੰਦ ਹੁੰਦੇ ਆ ਇਹਨਾਂ ਦੀ ਜਿਹੜੀ ਉੱਪਰਲੀ ਲੇਅਰ ਆ ਉਹ ਇੰਨੀ ਸਖਤ ਨਹੀਂ ਹੁੰਦੀ ਜਿੰਨੀ ਸਾਡੀ ਪਰਮਾਨੈਂਟ ਦੰਦੀ ਹੁੰਦੀ ਹੈ ਅਤੇ ਇਹ ਇਹਨਾਂ ਦੀ ਸੜਨ ਬਹੁਤ ਜ਼ਿਆਦਾ ਜਲਦੀ ਹੋਣੀ ਸ਼ੁਰੂ ਹੋ ਜਾਂਦੀ ਹੈ ਅਤੇ ਇਹਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਕਿ ਰਾਤ ਨੂੰ ਬੱਚੇ ਨੂੰ ਦੁੱਧ ਜਾਂ ਮਿੱਠੀ ਚੀਜ਼ ਕੁਛ ਵੀ ਨਹੀਂ ਦੇਣੀ ਜੀ ਤੁਸੀਂ ਉਹਨੂੰ ਸੌਣ ਤੋਂ ਕਾਫੀ ਦੇਰ ਪਹਿਲਾਂ ਤਾਂ ਓਵਰਆਲ ਮੈਂ ਕਿਹਾ ਸਾਰਿਆਂ ਲਈ ਹੈ ਕਿ ਜੇ ਦੰਦ ਸਹੀ ਰੱਖਣੇ ਤਾਂ ਮਿੱਠਾ ਦਾ ਮਿੱਠਾ ਬਹੁਤ ਜ਼ਰੂਰੀ ਆ ਮਿੱਠਾ ਦੇਣਾ ਚਾਕਲੇਟ ਦੇਣੀ ਆ ਉਹਨੂੰ ਪ੍ਰੋਪਰ ਸਾਰਾ ਕੁਝ ਦੇਣਾ ਲੇਕਿਨ ਉਹਦਾ ਇੱਕ ਤਰੀਕਾ ਦੇਣ ਦਾ ਜਿੱਦਾਂ ਤੁਸੀਂ ਮਿੱਠਾ ਦੇਣਾ ਕੁਝ ਬੱਚੇ ਜਿੱਦ ਕਰਦੇ ਕਿ ਮੈਂ ਚਾਕਲੇਟ ਖਾਣੀ ਆ ਤੇ ਉਹਨੂੰ ਚਾਕਲੇਟ ਖਾਣੇ ਤੋਂ ਪਹਿਲਾਂ ਦਿਓ ਜੀ ਠੀਕ ਹੈ ਉਹਦੇ ਬਾਅਦ ਉਹਨੂੰ ਇੱਕ ਕਹੋ ਕਿ ਤੁਹਾਨੂੰ ਇੱਕ ਗਾਜਰ ਖਾਣੀ ਪਏਗੀ ਤੁਹਾਨੂੰ ਇੱਕ ਮੂਲੀ ਖਾਣੀ ਪਏਗੀ ਉਹਦੇ ਨਾਲ ਕੀ ਹੁੰਦਾ ਕਿ ਬੱਚਾ ਉਸ ਚਾਕਲੇਟ ਦੇ ਲਾਲਚ ਮੂਲੀ ਵੀ ਖਾ ਲੈਂਦਾ ਗਾਜਰ ਵੀ ਖਾ ਲੈਂਦਾ ਉਹਦੇ ਨਾਲ ਕੀ ਹੁੰਦਾ ਕਿ ਉਹ ਨੈਚੁਰਲ ਕਲੀਨਜ਼ਿੰਗ ਹੋ ਜਾਂਦੀ ਹੈ ਜਿਹੜੇ ਹਾਂ ਬਿਲਕੁਲ ਕਿਉਂਕਿ ਅੰਡਰਕਟ 'ਚ ਜਿਹੜਾ ਫਸਿਆ ਹੁਣ ਇਹਨਾਂ ਦਾ ਜਿਹੜਾ ਬੱਚਾ 3 ਸਾਲ ਦਾ ਬੱਚਾ ਇਹਦੇ ਦੰਦ ਕਾਲੇ ਹੋ ਗਏ ਹੋ ਗਏ ਹੁਣ ਆਪਾਂ ਦਾ ਕੀ ਹਾਲ ਹੁਣ ਇਹਦੇ ਵਿੱਚ ਇੱਦਾਂ ਹੈ ਕਿ ਇਹਦੇ ਵਿੱਚ ਪ੍ਰੀਵੈਂਟਿਵ ਸਾਨੂੰ ਇਹ ਦੇਖਣਾ ਪਏਗਾ ਕਿ ਕਿੰਨਾ ਡੈਮੇਜ ਹੋਇਆ ਜੀ ਅਗਰ ਖੂਨ ਦੀ ਨਾੜੀ ਨਸਾਂ ਤੱਕ ਸੜਨ ਨਹੀਂ ਪਹੁੰਚੀ ਫਿਰ ਤਾਂ ਆਪਾਂ ਉਹਨੂੰ ਫਿਲਿੰਗ ਕਰ ਸਕਦੇ ਹਾਂ ਅਗਰ ਉਹ ਖੂਨ ਦੀ ਨਾੜੀ ਨਸਾਂ ਤੱਕ ਪਹੁੰਚ ਗਈ ਆ ਤੇ ਫਿਰ ਸਾਨੂੰ ਬੱਚੇ ਤੇ ਦੰਦ ਦੀ ਵੀ ਆਰਸੀਟੀ ਕਰਨੀ ਪੈ ਸਕਦੀ ਹੈ ਓਕੇ ਮਤਲਬ ਰੂਟ ਨਾਲ ਉਹਦਾ ਵੀ ਕਰਨਾ ਪੈ ਸਕਦਾ ਬਿਲਕੁਲ ਆਪਾਂ ਦੱਸੋ ਡੈਂਟਲ ਇੰਪਲਾਂਟ ਦੀ ਗੱਲ ਕਰ ਰਹੇ ਸੀ ਹਾਂਜੀ ਮੈਨੂੰ ਦੱਸੋ ਕਿ ਜਿੱਦਾਂ ਹੁਣ ਇੰਪਲਾਂਟ ਹੈ ਕਿਸੇ ਦਾ ਰੋਡ ਸਾਈਡ ਐਕਸੀਡੈਂਟ ਹੋ ਗਿਆ ਦੰਦ ਨਿਕਲ ਗਏ ਟੁੱਟ ਗਿਆ ਬਿਲਕੁਲ ਤੇ ਆਪਾਂ ਉਹ ਫਿਰ ਕਿਸ ਤਰ੍ਹਾਂ ਇੰਪਲਾਂਟ ਕਰਦੇ ਹਾਂ ਕਿੱਦਾਂ ਉਹਦਾ ਮਤਲਬ ਡਿਜ਼ਾਈਨ ਕਿੱਦਾਂ ਕਰਦੇ ਕਰਨਾ ਐਕਸੀਡੈਂਟਲ ਕੇਸਿਸ ਵਿੱਚ ਅਗਰ ਮੈਂਡੀਬਲ ਫ੍ਰੈਕਚਰ ਹੋਇਆ ਮੈਗਜ਼ਿਲਾ ਫ੍ਰੈਕਚਰ ਹੋਇਆ ਕੋਈ ਵੀ ਹੱਡੀ ਦਾ ਮੂੰਹ ਦੀ ਹੱਡੀ ਦਾ ਫ੍ਰੈਕਚਰ ਮੂੰਹ ਦੀ ਹੱਡੀ ਦੀ ਫ੍ਰੈਕਚਰ ਫ੍ਰੈਕਚਰ ਹੋਇਆ ਤੇ ਉਹਦੇ ਵਿੱਚ ਅਗਰ ਆਪਾਂ ਪਲੇਟਿੰਗ ਕਰਦੇ ਹਾਂ ਹਾਂਜੀ ਉਹ ਵੀ ਇੰਪਲਾਂਟ ਸੀ ਹਾਂਜੀ ਤੇ ਅਗਰ ਸਾਨੂੰ ਕਿਤੇ ਇਹੋ ਜਿਹੀ ਜਗ੍ਹਾ 'ਚੋਂ ਕਿਤੇ ਜਿੱਥੇ ਫ੍ਰੈਕਚਰ ਲਾਈਨ ਹੈਗੀ ਉਹਦੇ ਵਿੱਚ ਉਦੋਂ ਦੰਦ ਵਿੱਚ ਹੈਗਾ ਤੇ ਸਾਨੂੰ ਉੱਥੇ ਬਹੁਤ ਫਾਇਦਾ ਹੋ ਜਾਂਦਾ ਕਿ ਆਪਾਂ ਉਸ ਐਂਗਲ 'ਚ ਇੰਪਲਾਂਟ ਪਾਉਂਦੇ ਹਾਂ ਤਾਂ ਕਿ ਆਪਾਂ ਦੋ ਹੱਡੀਆਂ ਨੂੰ ਵੀ ਜੋੜ ਸਕੀਏ ਅਤੇ ਜਿਹੜਾ ਦੰਦ ਟੁੱਟਿਆ ਉਹਨੂੰ ਰਿਪਲੇਸ ਵੀ ਕਰ ਸਕੀਏ ਅਤੇ ਡੈਂਟਲ ਇੰਪਲਾਂਟ ਦਾ ਫ੍ਰੈਕਚਰ ਵਿੱਚ ਵੀ ਬਹੁਤ ਰੋਲ ਆ ਔਰ ਬਾਕੀ ਡੈਂਟਲ ਇੰਪਲਾਂਟ ਤਾਂ ਅੱਜ ਕੱਲ੍ਹ ਜਿੱਦਾਂ ਆਰਸੀਟੀ ਕਰਦੇ ਆ ਉੱਦਾਂ ਅੱਜ ਕੱਲ੍ਹ ਯੂਜ਼ ਹੁੰਦੇ ਆ ਅੱਜ ਕੱਲ੍ਹ ਇੱਕ ਕਹਿ ਲਓ ਕਿ ਅੱਜ ਕੱਲ੍ਹ ਬਹੁਤ ਅਵੇਅਰਨੈਸ ਆ ਪੇਸ਼ੈਂਟਸ ਵਿੱਚ ਵੀ ਅਤੇ ਹਰ ਕੋਈ ਜਿੱਦਾਂ ਹੁਣ ਤੁਹਾਡਾ ਬੜੀ ਇਸ ਗੱਲ ਦੀ ਮਸ਼ਹੂਰੀ ਤੁਹਾਡੀ ਹੈਗੀ ਹੈ ਕਿ ਦੰਦ ਦੀ ਤੁਸੀਂ ਇੰਪਲਾਂਟ ਕਰਨਾ ਆਏ ਅਤੇ ਨਾਲ ਦੀ ਨਾਲ ਦੰਦ ਲਗਵਾਇਆ ਅਤੇ ਇੱਕ ਅੱਧੇ ਦਿਨ 'ਚ ਹੀ ਤੁਹਾਡਾ ਮਤਲਬ ਦੰਦ ਵਰਕਿੰਗ ਬਿਲਕੁਲ ਬਿਲਕੁਲ ਇਹ ਇੱਕ ਅਲੱਗ ਟੈਕਨੀਕ ਆ ਜੀ ਔਰ ਇਹਦੇ ਵਿੱਚ ਸਾਨੂੰ ਇੱਕ ਇਹ ਦੇਖਣਾ ਪੈਂਦਾ ਕਿ ਪੇਸ਼ੈਂਟ ਦੀ ਹੱਡੀ ਕਿੱਦਾਂ ਦੀ ਹੈ ਜੀ ਹੁਣ ਇੱਦਾਂ ਦੇ ਸਿਸਟਮ ਆ ਗਏ ਜਿਹਦੇ ਵਿੱਚ ਘੱਟ ਤੋਂ ਘੱਟ ਹੱਡੀ ਜਿੱਥੇ ਕਿ ਪਹਿਲਾਂ ਆਪਾਂ ਸੋਚ ਨਹੀਂ ਸਕਦੇ ਸੀ ਕਿ ਇੱਥੇ ਵੀ ਇੰਪਲਾਂਟ ਕਰ ਸਕਦੇ ਹਾਂ ਜਾਂ ਇੱਥੇ ਵੀ ਪੇਸ਼ੈਂਟ ਨੂੰ ਦੰਦ ਦੇ ਸਕਦੇ ਉੱਥੇ ਵੀ ਦੰਦ ਦੇ ਸਕਦੇ ਹਾਂ ਅੱਜ ਕੱਲ੍ਹ ਅੱਜ ਦੀ ਕੰਡੀਸ਼ਨ 'ਚ ਬਸ ਟੈਕਨੀਕ ਦਾ ਫਰਕ ਆ ਗਿਆ ਸਿਸਟਮ ਦਾ ਫਰਕ ਆ ਗਿਆ ਲੇਕਿਨ ਇਹ ਆ ਕਿ ਬਿਨਾਂ ਦੰਦਾਂ ਦੇ ਪੇਸ਼ੈਂਟ ਨੂੰ ਜਾਣ ਨਹੀਂ ਦੇਈਦਾ ਕਿਉਂਕਿ ਇੱਕ ਪੁਰਾਣੇ ਜ਼ਮਾਨੇ 'ਚ ਇੱਕ ਪੇਸ਼ੈਂਟ ਦੀ ਸੋਚ ਹੁੰਦੀ ਸੀਗੀ ਕਿ ਇੰਪਲਾਂਟ ਆਪਾਂ ਦੰਦ ਕੱਢੇ ਆ ਇੰਪਲਾਂਟ ਪਾਏ ਆ 3 ਮਹੀਨੇ 6 ਮਹੀਨੇ ਸਾਲ ਰੁਕਣਾ ਪਏਗਾ ਫਿਰ ਦੰਦ ਲੱਗਣਗੇ ਲੇਕਿਨ ਇੱਦਾਂ ਦੀ ਕੰਡੀਸ਼ਨ ਅੱਜ ਦੀ ਡੇਟ 'ਚ ਬਿਲਕੁਲ ਨਹੀਂ ਹੈਗੀ ਤੁਸੀਂ ਦੰਦ ਕਢਾਓ ਇੰਪਲਾਂਟ ਕਰਾਓ ਦੂਜੇ ਦਿਨ ਤੁਹਾਨੂੰ ਦੰਦ ਮਿਲ ਜਾਣਗੇ ਕਿਉਂਕਿ ਬਿਨਾਂ ਦੰਦਾਂ ਦੇ
लाइफ बहुत इंपॉसिबल है जी। मैं चाहूँगा दर्शकों ने दसो कि जो डेंटल इम्पलांट कर दे पक्का मतलब उदा का ही टूथ बन जाता जिदा का ओरिजिनल हों तो यदि लाइफ किन्नी है? ये कई सारे फैक्टर होंगे कि इदा नहीं है कि आप ये सोच लिए कि आप इम्पलांट करा ले साढ़े दंद लग गए तो हूँ आप फ्री हो गए हैं। ये भी केयर उन्नी करनी पैंती है जिदा नैचुरल दंद की करनी पैंती है। नैचुरल दंद सानू रब वालों मिले होंगे वो केयर नहीं करी दी क्योंकि ये फिर सानू पैसे लगते हैं फिर वो केयर होंगी है, लेकिन केयर बहुत जरूरी है। बाकी पेशेंट की मैडिकल हैल्थ बहुत इंपॉर्टेंट आ, उसकी मैडिकल हैल्थ किदां दी आ, उन्हों कोई सिस्टमिक डिजीज तो नहीं आ, प्लस उसकी ओरल हाइजीन किदां दी आ, उसका खाने का तरीका किदां दा है, होर बाकी कुछ यह जी चीज़ा जी आप नोट करते हैं वो हिसाब न दंद का जोड़ा आप स्ट्रक्चर आ उस तरीके ना बना के दें कि ये अगर कुछ करना भी चाहे तो डैमेज ना हो। जिदा समाइल डिजाइन की जा सकती है, हाँ जी, जिदा यदा की प्रोसीजर है मतलब समाइल डिजाइन करके आप कि डेंटल इम्पलांट करते हैं? समाइल डिजाइन एक्चुअली देखा जाए तो शुरुआत सानू नैचुरल दंदा तो करनी पेगी, जरूरी नहीं कि समाइल डिजाइन में इम्पलांट भी करने पैन। कई बार पेशेंट के नैचुरल दंद होंगे लेकिन वो काफ़ी टेढ़े मेढ़े होंगे, पेशेंट ब्रेसिस नहीं कराना चाहता या किसी कारणवश ब्रेसिस किते नहीं जा सकते, उस कंडीशन सानू समाइल डिजाइन यह होंगे कि आप पेशेंट का जो नैचुरल फेस हैगा हिसाब ये डिसाइड करते हैं कि यदा दंदा का लेंथ विड्थ की होनी चाहिए आ, तो यह सोहना किदा लगेगा जी। तो साढ़े कोल इदा दे सॉफ्टवेयर है जिन्हों आप पेशेंट नू पहला पेशेंट की पिक लैके पेशेंट की फोटो खिंच के अपा उदी स्माइल डिजाइन करके दिखाने कि इस तरह इदा इदा अज तुम अज इदा दे बाद इदा दे लगोगे जी जी। तो पेशेंट नू तीन चार ऑप्शन देने पेशेंट जिथे क्लिक करता कि नहीं मैनू आ पसंद है फिर आप काम करते हैं। डॉक्टर साहब फिर जो पुराने डेंचर जिदा लगते सी ये कि जो परमानेंट इम्पलांट है ये उदा विकल्प है? हाँ बिल्कुल, अजकल डेंचर डेंचर तो बिल्कुल आउटडेटेड हो गया बिकॉज हाँ कोई भी एज हो अपन 85 ईयर 90 ईयर के भी पेशेंट का स्माइल डिजाइन किए हुए हाँ विद इम्पलांट एंड नैचुरल टीथ ऑलसो। इट ऑल डिमांड कि ये देखना पैदा किन्ने इन्हों के दंद अपने जेडे सही आ जेडे ऑलरेडी क्योंकि आप जो समाइल डिजाइन कर रहे हैं वो ये देखना पैदा कि जेडे दंद बचाया जा सकता उन्होंने बचाइए, जोड़ा दंद बिल्कुल डैमेज रहा उन्होंने रिमूव करके उस जगह से इम्पलांट करके। तो साड़ा मेन मोटो ये होंगे कि पेशेंट सोहना लगे जी, होर एक या दो दंद भी लाए जा सकते हैं जिन्हें थोड़े भी लाए जा सकते हैं। हाँ जी, सब तो पहला देखने पेशेंट सोहना लगे, दूजा है इट शुड बी फंक्शनल, पेशेंट रोटी चंगी तरह खावे और ये सारा ट्रीटमेंट पेनलैस हो। तीन मेन साड़ा जो मोटोस होंगे। हाँ जी डॉक्टर साहब, तुसीं साडे दर्शकों बड़े विस्तार नाल दस्या, उम्मीद है दर्शक इहदा फायदा उठाएंगे। प्यारे दर्शकों अपनी सेहत का ध्यान रखो, दंद जिहड़े हन साढ़े शरीर का बहुत ही अनमोल अंग हैं, इत्थों ही शुरुआत हुंदी है पेट की बीमारियां, हर तरह की बीमारियां दंदों तो शुरू हुंदियां हन। तो मैं चाहूँगा दर्शक इस चीज़ का पूरा फायदा उठान। डॉक्टर साहब तुसीं साडे स्टूडियो में आए, साडे दर्शकों को बहुत वधिया संदेश दिता, तो बहुत सोहना जानकारी दिती, असीं तुहाडा वी धन्नवाद करते हैं। थैंक यू।